रब्बी ज्ञान दे रूप तन तन सतगुरु गुरु नानक पातशाह जी तो सदके जांदे हां। गुरु प्यार वालेओ, वाहिगुरु जी का खालसा, वाहिगुरु जी की फतेह। आपां एक ऐसी विथिया सुन रहे हां जिस विथिया दे नाल संसार लंबे अरसे तो निरंतर किसी ना किसी रूप दे जुड़िया होया तो उहदा शिकार हुंदा तुरिया आ रहा है। धन गुरु नानक साहब जी दे परपकारां दे विच किन्ने परपकार ने जिहड़े सानू इस तरह के मारू प्रभावों तो मुक्त करते ने। आम दुनिया का बंदा बंदे तो भी प्रभावित हुंदा है, बंदे द्वारा कीतियां जा रही क्रियावां तो भी प्रभावित हुंदा है, वख वख मानसिक तौर पर पैदा किए गए कर्मां तो जां होर तरह के ढंग तरीकों तो भी दुनिया का बंदा लगातार प्रभावित हुंदा है। अज भी हो रहे सदियां पहलां दे वर्तारियां विच भी ये सारा कुछ शामिल है। अज भी असी जदों असी कहने ये विज्ञान का युग है, इस विज्ञान के युग विच भी वो जिहड़ा कुफर है, पखंड है, फरेब है, वल है, छल है, भरमाउण की किरिया है, अज दे दौर दे विच भी आपां उसनूं ਘੱਟ ਵੱਧ ਰੂਪ ਦੇ ਵਿੱਚ ਪੜ੍ਹਦੇ ਸੁਣਦੇ ਆ ਰਹੇ ਹਾਂ। ਹੁਣ ਗੁਰਦੇਵ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਦੱਸਿਆ ਕਿ ਆਪਾਂ ਇੱਕ ਵੱਡਾ ਕੰਮ ਕਰਨ ਲਈ, ਔਖਾ ਕੰਮ ਕਰਨ ਲਈ, ਵੱਡਾ ਕਿਲ੍ਹਾ ਫਤਿਹ ਕਰਨ ਲਈ ਆਪਾਂ ਇਸ ਇਲਾਕੇ ਵਿੱਚ ਆਏ। ਭਾਈ ਮਰਦਾਨਾ ਜੀ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਉਹਦੇ 'ਚੋਂ ਸਾਡਾ ਪਾਤਰ ਨਿਕਲਦਾ ਹੈ। ਉਹ ਪਾਤਰ ਜਿਹੜਾ ਭੁੱਖ ਨਹੀਂ ਜਰ ਸਕਦਾ, ਉਹ ਪਾਤਰ ਜਿਹੜਾ ਤ੍ਰੇਹ ਨੂੰ ਨਹੀਂ ਸਹਾਰ ਸਕਦਾ, ਉਹ ਪਾਤਰ ਜਿਹੜਾ ਲੰਮਾ ਅਰਸਾ ਇਹ ਜੀਵਨ ਸਰੀਰ ਦੀ ਇਹਨਾਂ ਲੋੜਾਂ ਦੀ ਪੂਰਤੀ ਤੋਂ ਬਗੈਰ ਦਿਨ ਕੱਟੀ ਨਹੀਂ ਕਰ ਸਕਦਾ। ਗੁਰਦੇਵ ਜੀ ਜਾਣਦੇ ਨੇ ਕਿ ਮਰਦਾਨਾ ਹੁਣ ਭੁੱਖ ਤੋਂ ਆਤਰ ਹੋ ਗਏ, ਹੁਣ ਇਹਦੇ ਕੋਲ ਭੁੱਖ ਜਰੀ ਨਹੀਂ ਜਾ ਰਹੀ, ਹੁਣ ਇਹ ਕੋਈ ਇਸ ਮਾਹੌਲ ਦੇ ਵਿੱਚ ਇਹਦੇ ਲਈ ਇੱਥੇ ਰਹਿਣਾ ਔਖਾ ਹੈ। ਭਾਈ ਮਰਦਾਨਾ ਜੀ ਨੂੰ ਗੁਰਦੇਵ ਜੀ ਕਹਿੰਦੇ ਨੇ, ਰੁਕ ਜਾ ਭਾਈ, ਅਜੇ ਠਹਿਰ ਜਾ, ਪਰ ਇਹ ਕਾਲਾ ਪੈ ਰਿਹਾ ਬਾਬਾ, ਨਹੀਂ ਭੁੱਖ ਦਾ ਦੁੱਖ ਨਹੀਂ ਜਰਿਆ ਜਾਂਦਾ, ਦੇ ਨਾ ਆ ਗਿਆ, ਜਾਣਦੇ ਹੋ ਨਾ ਮੈਨੂੰ। ਗੁਰਦੇਵ ਜੀ ਕਹਿੰਦੇ ਫਿਰ ਜਾਗਦਾ ਰਹੀ, ਆਪਣਾ ਜਲਾਲ ਜਿਹੜਾ ਤੈਨੂੰ ਬਖਸ਼ਿਸ਼ ਹੋਇਆ ਇਸ ਜਲਾਲ ਨੂੰ ਨਾ ਪ੍ਰਭਾਵਿਤ ਹੋਣ ਦੇ, ਜਲਾਲ ਨੂੰ ਕਾਇਮ ਰੱਖੀ। ਹੁਣ ਗੁਰੂ ਦਾ ਕਰਤਵ ਹੈ ਸੁਚੇਤ ਕਰਨਾ, ਸੇਵਕ ਦਾ ਕਰਤਵ ਹੈ ਗੁਰਦੇਵ ਦੇ ਉਪਦੇਸ਼ ਨੂੰ ਚੰਗੀ ਤਰ੍ਹਾਂ ਸਮਝਣਾ, ਸਮਝ ਕੇ ਉਹਨੂੰ ਆਪਣੇ ਅਮਲੀ ਵਰਤਾਰੇ ਦਾ ਹਿੱਸਾ ਬਣਾਉਣਾ। ਪਰ ਕਈ ਵਾਰ ਇਹ ਰਮਜਾ ਵੱਡੇ ਬਦਲਾਓ ਦੇ ਲਈ ਉਹਦਾ ਇੱਕ ਹਿੱਸਾ ਬਣ ਜਾਂਦੀਆਂ ਨੇ। ਜੇ ਭਾਈ ਮਰਦਾਨਾ ਜੀ ਪਾਤਰਤਾ ਕਰਨਗੇ ਤਾਂ ਪਾਤਰਤਾ ਦੇ ਪਿਛਲੇ ਪਾਸੇ ਜਿਹੜਾ ਮਹਾਨ ਖੇਲ ਹੈ, ਕੌਤਕ ਹੈ, ਮੇਰੇ ਗੁਰਦੇਵ ਜੀ ਦਾ। ਹੁਣ ਕਹਿੰਦੇ ਨੇ ਭਾਈ ਮਰਦਾਨਾ ਜੀ, ਗੁਰਦੇਵ ਜੀ ਦੇ ਕੋਲੋਂ ਆਗਿਆ ਲੈ ਕੇ ਨਗਰੀ ਨੂੰ ਤੁਰ ਪੈਂਦੇ ਨੇ। ਇਹ ਨਗਰੀ ਕੀ ਹੈ? ਕਹਿੰਦੇ ਚਾਰੇ ਪਾਸੇ ਚੁੱਪ ਚਾਂਦ ਹੈ, ਖਮੋਸ਼ੀ, ਬਿਲਕੁਲ ਗਲੀਆਂ ਬਾਜ਼ਾਰ ਚਾਰੇ ਪਾਸੇ ਚੁੱਪ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ।
ਜਿਵੇਂ ਦਹਿਸ਼ਤ ਦਾ ਮਾਹੌਲ ਹੁੰਦਾ ਹੈ, ਭੈ ਪੀਤਤਾ ਦਾ ਆਲਮ ਹੁੰਦਾ ਹੈ, ਇਹ ਤਰ੍ਹਾਂ ਦਾ ਵਾਤਾਵਰਨ ਹੈ। ਬੰਦੇ ਵੀ ਬੁੱਤਾਂ ਵਰਗੇ ਨੇ। ਇਹ ਗਲੀ ਥਾਣੀ ਤੁਰੇ ਜਾ ਰਹੇ ਨੇ, ਭਾਈ ਮਰਦਾਨੇ ਨੂੰ ਕੋਈ ਆਵਾਜ਼ ਮਾਰ ਕੇ ਨਹੀਂ ਪੁੱਛਦਾ ਕਿੱਥੋਂ ਆਏ ਹੋ, ਕਿਉਂ ਆਏ ਹੋ, ਤੁਸੀਂ ਰਾਹਗੀਰ ਜਾਪਦੇ ਹੋ, ਆਓ ਕੋਈ ਭੋਜਨ ਪਦਾਰਥ, ਕੋਈ ਵਸਤੂ ਸਮੱਗਰੀ। ਭਾਈ ਮਰਦਾਨਾ ਜੀ ਤੁਰੇ ਜਾਂਦੇ ਨੇ, ਮਾਹੌਲ ਸਾਰਾ ਸਹਿਮਿਆ, ਡਰਿਆ, ਘਬਰਾਇਆ। ਕਹਿੰਦੇ ਕਿ ਸਹਿਮੇ ਜੇ ਘਰ ਦਾ ਦਰਵਾਜ਼ਾ ਖੁੱਲ੍ਹਿਆ, ਉਹਦੇ ਮਕਾਨ ਦੀ ਉੱਪਰਲੀ ਛੱਤ 'ਤੇ ਬਣੇ ਹੋਏ ਚਰੋਖੇ 'ਚ ਭਾਈ ਮਰਦਾਨਾ ਜੀ ਨੂੰ ਕਿਸੇ ਤ੍ਰੀਮਤ ਦਾ, ਇਸਤਰੀ ਦਾ, ਮ੍ਰਿਗ ਨੈਣੀ ਦਾ ਭੁਲੇਖਾ ਪੈਂਦਾ। ਇਹ ਬਾਜ਼ਾਰ 'ਚੋਂ ਦੇਖਦਾ ਆ ਰਿਹਾ, ਇੱਥੇ ਨੌਜਵਾਨ ਇਸਤਰੀਆਂ ਅਜੀਬ ਤਰ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਤੱਕਦੀਆਂ ਨੇ। ਭਾਈ ਮਰਦਾਨਾ ਜੀ ਦੇ ਲਈ ਇਹ ਸਾਰਾ ਕੁਝ ਜਿਹੜਾ ਹੈ, ਇਹ ਨਵੇਂ ਵਰਤਾਰੇ ਨੇ, ਅਜੀਬੋ ਗਰੀਬ ਜਿਹਾ ਇਹ ਸਾਰਾ ਖੇਲ ਹੈ। ਭਾਈ ਮਰਦਾਨਾ ਜੀ ਇਸ ਸਾਰਾ ਕੁਝ ਦੇਖਦਾ, ਪਰ ਸਮਝੋ ਬਾਹਰ ਹੈ ਕਿ ਕਿਤਨਾ ਦਾ ਮਾਹੌਲ ਹੈ। ਮੈਂ ਤਾਂ ਭੋਜਨ ਛਕਣ ਵਾਸਤੇ ਆਏ। ਖੈਰ, ਕਹਿੰਦੇ ਦਰਵਾਜ਼ਾ ਖੁੱਲ੍ਹਦਾ ਹੈ, ਭਾਈ ਮਰਦਾਨਾ ਜੀ ਅੰਦਰ ਪ੍ਰਵੇਸ਼ ਹੁੰਦੇ ਨੇ। ਇਹਦੇ ਅੰਦਰ ਦਾ ਮਾਹੌਲ ਜਿਹੜਾ, ਇਹ ਵੀ ਭੈਭੀਤ ਕਰਨ ਵਾਲਾ ਹੀ ਹੈ। ਕੁਝ ਕਦਮ ਅੱਗੇ ਨਿਕਲਦੇ ਨੇ, ਦਰਵਾਜ਼ਾ ਬੰਦ ਹੋ ਜਾਂਦਾ। ਦਰਵਾਜ਼ਾ ਕੌਣ ਬੰਦ ਕਰਦੇ ਪਤਾ ਨਹੀਂ ਲੱਗਦਾ। ਸਾਖੀ ਦਾ ਅਖਬਾਰ ਲਿਖਣ ਵਾਲਿਆਂ ਨੇ ਤਾਂ ਇਹਦਾ ਪੂਰਾ ਦ੍ਰਿਸ਼ ਹੈ, ਇਹ ਬੜਾ ਹੀ ਆਪਣੀ ਕਿਸਮ ਦਾ ਪ੍ਰਭਾਵ ਦੇਣ ਵਾਲਾ ਉਲੀਕਿਆ ਹੈ। ਇਹ ਦ੍ਰਿਸ਼ ਆਪਣੀ ਕਿਸਮ ਦਾ ਹੀ ਹੈ। ਭਾਈ ਮਰਦਾਨਾ ਜੀ ਸਾਰੇ ਮਾਹੌਲ ਨੂੰ ਦੇਖ ਰਹੇ ਨੇ, ਤੱਕ ਰਹੇ ਨੇ। ਕਹਿੰਦੇ ਇਸ ਘਰ ਦੇ ਵਿੱਚ ਇਹਨਾਂ ਦੀ ਮਹਿਮਾਨਗਿਰੀ ਕੀਤੀ ਜਾਂਦੀ ਹੈ। ਇਹਨਾਂ ਦੇ ਅੱਗੇ ਭੋਜਨ ਪਦਾਰਥ ਸਜਾਏ ਜਾਂਦੇ ਨੇ। ਇਹਨਾਂ ਦੇ ਅੰਦਰ ਭੁੱਖ ਦੀ ਜਿਹੜੀ ਲਾਲਸਾ ਹੈ ਉਹ ਵੀ ਬੜੀ ਪ੍ਰਬਲ ਵੱਡੀ ਹੋ ਜਾਂਦੀ ਹੈ। ਪਦਾਰਥ ਛਕਦੇ ਨੇ, ਇਸ ਘਰ ਸਾਰਾ ਕੁਝ ਇਸ ਵਿਹੜੇ ਦੀ ਜਿਹੜੀ ਮੁੱਖ ਆਗੂ ਹੈ ਉਹ ਆ ਕੇ ਆਪਣੀਆਂ ਬਾਂਦੀਆਂ ਰਾਹੀਂ, ਗੋਲੀਆਂ ਰਾਹੀਂ, ਦਾਸੀਆਂ ਰਾਹੀਂ, ਨੌਕਰ ਰਾਣੀਆਂ ਰਾਹੀਂ ਜਿਹੜੀਆਂ ਉਹਦੀ ਜੀ ਹਜ਼ੂਰੀ ਕਰਦੀਆਂ ਨੇ, ਉਹ ਭਾਈ ਮਰਦਾਨੇ ਜੀ ਦੀ ਖਿਦਮਤ ਦੇ ਅੰਦਰ ਪਦਾਰਥਾਂ ਨੂੰ ਉਹਨਾਂ ਨੇ ਅੱਗੇ ਰਖਵਾਉਂਦੀ ਹੈ। ਭਾਈ ਮਰਦਾਨਾ ਜੀ ਇੱਥੋਂ ਦਾ ਪ੍ਰਭਾਵ ਕਬੂਲਦੇ ਨੇ, ਇਹ ਸਾਖੀ ਹੈ। ਭਾਈ ਮਰਦਾਨਾ ਜੀ ਨਾਲ ਨਾਲ ਗੁਰਦੇਵ ਦਾ ਬਚਨ ਵੀ ਯਾਦ ਆ ਰਿਹਾ ਕਿ ਗੁਰੂ ਜੀ ਨੇ ਕਿਹਾ ਸੀ, ਮਰਦਾਨੇ ਆਪਣਾ ਜਲਾਲ ਨਾ ਛੱਡੀ। ਕਦੇ ਖਿਆਲ ਆਉਂਦਾ ਗੁਰੂ ਜੀ ਨੇ ਕਿਉਂ ਕਿਹਾ, ਫਿਰ ਹਾਲਾਤ ਦੇਖਦਾ ਸ਼ੈਨ ਗੁਰੂ ਜੀ ਜਾਣਦੇ ਨੇ। ਇੱਥੇ ਗੁਰਦੇਵ ਦਾ ਸਿੱਖ ਭਾਈ ਮਰਦਾਨਾ ਜੀ ਜੋ ਕੁਝ ਉਹਦੇ ਕੋਲ ਗੁਰਦੇਵ ਦਾ ਬਖਸ਼ਿਆ ਹੋਇਆ ਪ੍ਰਭਾਵ ਹੈ ਉਹਨੂੰ ਵੀ ਸਲਾਮਤ ਰੱਖਦੇ ਨੇ, ਕਾਇਮ ਰੱਖਦੇ ਨੇ। ਉਹ ਤਨ ਰੰਕਾਰ ਦੀ ਧੁਨ ਵੀ ਉਹਨਾਂ ਦੇ ਮੁੱਖ ਵਿੱਚੋਂ ਨਿਕਲਦੀ ਹੈ।
साखी है कि भाई मरदाना जी ये जड़ी बीबी इत्थे बैठी है, इस्त्री बैठी है, ये कोल पता नहीं किन्ने गुलाम बना के ने रखे हुए ने, किन्ने उत्ते राज कर रही है। ये जादूगरनी इहदा नाम नूर शाह करके लिखिया होया मिलदा है। ये हवेली है, घर है, टिकाणा है, किला है, ये नूर शाह दा है। हुण भाई मरदाना जी इत्थे संगीत तो भी प्रभावित होंदे ने, जो इन्हां दे गाड़ी रखे होए उन्हें गावेया जांदे। भाई मरदाना जी दे अंदर भी संगीत दी सूक्ष्म कला है। हुण इस थां ते अगे की हुंदा है, किवें हुंदा है, ये आपां साखी दे अगले हिस्से विच सारे सुणन दा जतन करांगे। आपां अपने गुरदेव दी वडियाई नूं भी देखांगे कि इत्थे किस तरह का माहौल है, गुरदेव जी इत्थे कदों आउंदे ने, किवें आ के अपने करतारी प्रभाव नूं वरता के इस किले नूं जितदे ने। अपना ध्यान इत्थे सारिआं दा केंद्रित रहे। आप अगले पड़ाव ते देखदे हाँ, भुल्लां माफ़ कर देणियां जी। फतेह नाल सांझ पा लईए। वाहिगुरू जी का खालसा, वाहिगुरू जी की फतेह।